ਇੱਕ ਦਿਨ ਬਾਦਸ਼ਾਹ ਅਕਬਰ ਨੇ ਆਪਣੇ ਦਰਬਾਰ ਵਿੱਚ ਇੱਕ ਅਜਿਹਾ ਸਵਾਲ ਪੁੱਛਿਆ ਜਿਸ ਨੇ ਕਚਹਿਰੀ ਵਿੱਚ ਸਾਰੇ ਹੈਰਾਨ ਰਹਿ ਗਏ। ਜਦੋਂ ਉਹ ਸਾਰੇ ਜਵਾਬ ਜਾਣਨ ਦੀ ਕੋਸ਼ਿਸ਼ ਕਰ ਰਹੇ ਸਨ, ਬੀਰਬਲ ਅੰਦਰ ਆਇਆ ਅਤੇ ਪੁੱਛਿਆ ਕਿ ਮਾਮਲਾ ਕੀ ਹੈ। ਉਹਨਾਂ ਨੇ ਉਸਨੂੰ ਸਵਾਲ ਦੁਹਰਾਇਆ। ਸਵਾਲ ਸੀ, ਸ਼ਹਿਰ ਵਿੱਚ ਕਿੰਨੇ ਕਾਂ ਹਨ? ਬੀਰਬਲ ਝੱਟ ਮੁਸਕਰਾ ਕੇ ਅਕਬਰ ਕੋਲ ਗਿਆ। ਉਸਨੇ ਜਵਾਬ ਦਾ ਐਲਾਨ ਕੀਤਾ। ਉਸਨੇ ਕਿਹਾ ਕਿ ਸ਼ਹਿਰ ਵਿੱਚ 1523 ਕਾਂ ਸਨ। ਜਦੋਂ ਉਸਨੂੰ ਪੁੱਛਿਆ ਗਿਆ ਕਿ ਉਹ ਇਸ ਦਾ ਜਵਾਬ ਕਿਵੇਂ ਜਾਣਦਾ ਹੈ, ਤਾਂ ਬੀਰਬਲ ਨੇ ਜਵਾਬ ਦਿੱਤਾ, ਆਪਣੇ ਆਦਮੀਆਂ ਨੂੰ ਕਾਂ ਦੀ ਗਿਣਤੀ ਕਰਨ ਲਈ ਕਹੋ। ਜੇਕਰ ਜ਼ਿਆਦਾ ਹਨ ਤਾਂ ਕਾਵਾਂ ਦੇ ਰਿਸ਼ਤੇਦਾਰ ਉਹਨਾਂ ਨੂੰ ਨੇੜੇ ਦੇ ਸ਼ਹਿਰਾਂ ਤੋਂ ਮਿਲਣ ਆਉਂਦੇ ਹੋਣੇ ਚਾਹੀਦੇ ਹਨ। ਜੇ ਘੱਟ ਹਨ ਤਾਂ ਸਾਡੇ ਸ਼ਹਿਰ ਦੇ ਕਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਉਣਗੇ ਜੋ ਸ਼ਹਿਰ ਤੋਂ ਬਾਹਰ ਰਹਿੰਦੇ ਹਨ। ਜਵਾਬ ਤੋਂ ਖੁਸ਼ ਹੋ ਕੇ ਅਕਬਰ ਨੇ ਬੀਰਬਲ ਨੂੰ ਰੂਬੀ ਅਤੇ ਮੋਤੀਆਂ ਦੀ ਜੰਜੀਰੀ ਭੇਟ ਕੀਤੀ। ਸਿੱਖਿਆ, ਤੁਹਾਡੇ ਜਵਾਬ ਲਈ ਸਪਸ਼ਟੀਕਰਨ ਹੋਣਾ ਉਨਾ ਹੀ ਮਹੱਤਵਪੂਰਨ ਹੈ ਜਿੰਨਾ ਕਿ ਇੱਕ ਜਵਾਬ ਹੋਣਾ।